ਦੋਸਤੋ ਮਿਹਰਬਾਨੀ ਕਰੀ ਤਾਂ ਜਿਹੜੇ ਦੋਸਤ ਭਰਾ ਪਿੱਛੇ ਅਕਲ ਦਿਓ ਕਰਿੰਦਾ ਅੱਗੇ ਤਾਂ ਕੁਰਸੀਆਂ ਭਰਾ ਜਾਓ ਤਾਂ ਬੜੀ ਮਿਹਰਬਾਨੀ ਹੋ ਸਕੀ ਸਵਾਮੀ ਮੁਖਤਸਰ ਆਗਾਜ਼ ਔਰ ਹਮਦ ਬਾਰੇ ਤਾਲਾ ਤੋਂ ਬਾਅਦ ਚੰਦਾ ਸ਼ੇਰ ਨਾਤੇ ਰਸੂਲ ਮਕਬੂਲ ਸੱਲੱਲਾਹੁ ਅਲੈਹਿ ਵਸੱਲਮ ਜ਼ਿਮਨ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਸਾਂ ਕਿਉਂਕਿ ਅੱਠ ਜਾਂ ਸੱਤ ਅੱਠ ਦਿਹਾੜੇ ਰਹਿ ਕੇ ਮਾਏ ਰਬੀ ਅਵਲ ਕਿ ਵੀ ਸ਼ੁਰੂ ਹੋਣੇ ਨਹੀਂ ਇਸ ਨਿਸਬਤ ਨਾਲ ਬੰਦਾ ਇਹਨਾਂ ਚੀਜ਼ ਕੋਸ਼ਿਸ਼ ਕਰ ਸੀ ਤੁਸਾਂ ਕਿ ਆਮਦ ਨੇ ਸਿਲਸਿਲੇ ਵਿੱਚ ਚੰਦ ਅੱਛੇ ਸਨਾਹ ਸਾਊਂਡ ਵਾਲੇ ਜਣੇ ਵਾਲੇ ਅੰਦਰ ਦਰਖਾਸਤ ਆ ਮਾਸ਼ਾਅੱਲਾ ਸਾਰੇ ਢੋਲਕ ਨਵਾਜ਼ ਬਹੁਤ ਅੱਛਾ ਢੋਲਕ ਬੁਝਾ ਲੈਣ ਕਹਿੰਦਾ ਹੱਥ ਮਾਸ਼ਾਅੱਲਾ ਢੋਲਾ ਨਾ ਥੋੜ੍ਹਾ ਭਾਰਾ ਹੀ ਆ ਤੋ ਇਸ ਤਰ੍ਹਾਂ ਕਰੋ ਥੋੜ੍ਹਾ ਜਿਹਾ ਇਹਨਾਂ ਦਾ ਆਵਾਜ਼ ਲੇਕਿਨ ਬਹੁਤ ਬਿਹਤਰੀ ਬਜਾਉਂਦੇ ਹੋ ਮਾਸ਼ਾਅੱਲਾ ਤੋ ਸ਼ੇਰਾ ਸਰਕਾਰ ਸਾਇਮ ਚਿਸ਼ਤੀ ਸਾਹਿਬ ਦੋ ਜਹਾਨ ਨੇ ਇਸ ਤੋਂ ਖੁਸ਼ੀ ਮਹਿਸੂਸ ਕੀਤੀ ਔਰ ਮੁਸਤਫੀਦ ਹੋਈ ਇੱਕ ਹਦੀਸ ਪਾਕ ਹੈ ਸਰਕਾਰੇ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਕੀ ਕਿ ਆਖਿਰਤ ਦੀ ਇੱਕ ਨਿਸ਼ਾਨੀ ਵਿੱਚ ਇੱਕ ਨਿਸ਼ਾਨੀ ਹੈ ਕਿ ਜਿਹੜੇ ਰਾਜਸਥਾਨ ਹੈ ਉਹਨਾਂ ਵਿੱਚ ਵੀ ਸਬਜ਼ਾ ਸ਼ੁਰੂ ਹੋਣਾ ਪਿਆ ਸੀ ਉਸ ਵੇਲੇ ਗੱਲ ਕੀਤੀ ਸੀ ਤਾਂ ਸਰਕਾਰ ਸਾਹਿਬ ਸਾਹਿਬ ਉਸ ਵੇਲੇ ਇਹ ਗੱਲ ਕੀਤੀ ਕਿ ਤਪਦੇ ਪੱਥਰਾਂ ਦੇ ਸੀਨੇ ਸਰ ਦਿਓਗੇ
ਆਉਂਦੇ ਬਾਰੀ ਤਾਲਾ ਤੋਂ ਬਾਅਦ ਚੰਦ ਦਿਖੇ ਨਾ ਤੇ ਰਸੂਲ ਮਕਬੂਲ ਸੱਲੱਲਾਹੁ ਅਲੈਹੀ ਵਾਲੀ ਵਸੱਲਮ ਨਿਸ਼ਾਨੇ ਅਕਸੀ ਜੀ ਤੋਂ ਬੜਾ ਹੀ ਕੀਮਤੀ ਸ਼ੇਰ ਜਨਾਬ ਰਾਜੇ ਅਖਲਾਕ ਯਾਸਰ ਸਾਹਿਬ ਜਿਨ੍ਹਾਂ ਨੂੰ ਤਲਕ ਪਰਮਿੰਗਮ ਨਾਲ ਤੋਂ ਸਰਕਾਰ ਫਰਮਾਣੇ ਕਿ ਸਾਰੇ ਜਣੇ ਚਾਲੀ ਜੀ ਉਹ ਸਾਡੇ ਤੱਕ ਵੀ ਗੌਰ ਕਰੋ ਤੋਂ ਸਾਰੀ ਇਸ ਬਦਲ ਵਿੱਚ ਮੇਰੇ ਭਾਈ ਚੌਧਰੀ ਜ਼ੀਸ਼ਾਨ ਦਰਵਾਜ਼ਾ ਸਾਹਿਬ ਬ੍ਰੈਡਫੋਰਡ ਤੋਂ ਤਸ਼ਰੀਫ ਆਵਰ ਹੋਏ ਅਸਾਂ ਅੱਜ ਗੱਲ ਕਰਾਂਗੇ ਆ ਤੋਂ ਅਖਲਾਕ ਯਾਸਰ ਸਾਹਿਬ ਫਰਮਾਣੇ ਜਿਸ ਵੇਲੇ ਨਬੀਏ ਕਰੀਮ ਸੱਲੱਲਾਹੁ ਅਲੈਹਿ ਵਾਲੀ ਵਸੱਲਮ ਨਾ ਜ਼ਹੂਰ ਹੋਇਆ ਤੱਕਿਆ ਹੋਇਆ ਆਉਣ ਵਾਲਾ ਕੀ ਆਇਆ ਕਾਇਨਾਤ ਅੰਦਰ ਕਾਇਨਾਤ ਨਿਯਰਾਨ ਦਾ ਸੱਚ ਹੋਏ ਬਈਆ ਆਰ ਦੇ ਸ਼ਾਰ ਬਣ ਗਏ
ਮੁਬਾਰਕਾਂ ਲੋਕ ਆਖੇ
ਮੁਬਾਰਕਾਂ ਲੋਕਾਂ ਕੇ ਨਵੇਂ ਆਏ ਨਮਾਜ਼ ਸਾਰੇ ਸਦੀਆਂ ਦੇ ਸੁੱਤੇ ਨਸੀਬ ਜਾਗਣ ਪਾਕ ਦਾ ਸੁਭਾਨ ਤੂੰ ਬਿਸਮਿਲ੍ਲਾ ਮੱਕੇ ਵਾਲਿਆ ਖਬਰ ਹੋਈ ਮੱਕੇ ਵਾਲੀਆਂ ਤੂੰ ਮਚਾ ਛੋਰੀ ਮੱਕੇ ਵਾਲਿਆ ਤੂੰ ਮਚਾ ਛੋਰੀ ਤਾਕਜ਼ਾਰ ਸੁਭਾਨ ਤੂੰ ਬਿਸਮਿਲ੍ਲਾ ਲੱਗੇ ਦੇਣ ਮੁਬਾਰਕਾਂ ਮੱਕੇ ਵਾਲਿਆ ਤੂੰ ਮਚਾ ਛੋਰੀ ਤਾਕਦਾਰ ਸੁਭਾਨ ਤੂੰ ਬਿਸਮਿਲ੍ਲਾ ਨੂਰ ਓ ਨੂਰ ਨੂਰ ਓ ਨੂਰ ਦਿਆ ਦਰਬਾਰ ਹੋਇਆ ਕਿਸ ਵੇਲੇ ਨੂਰ ਓ ਨੂਰ ਦਰਬਾਰ ਹੋਇਆ ਆਖਦ ਨੂਰੀ ਇਨਸਾਨ ਤੂੰ ਬਿਸਮਿਲ੍ਲਾ ਵਾਰੀ ਹੋ ਗਈ
ਜਿਹੜੇ ਖਾਨੇ ਕਾਬਾ ਵਿੱਚ ਉਹਨਾਂ ਨੇ ਬੜੇ ਬੁੱਧ ਸੀ, ਜਿਹੜੇ ਮੁਸ਼ਰਕ ਉਹ ਇਬਾਦਤ ਕਰਨੇ ਸੀ, ਤੇ ਨਬੀ ਪਾਕ ਨਾ ਜਿਸ ਵੇਲੇ ਨਬੂਵਤ ਨਾ ਐਲਾਨ ਕੀਤਾ ਉਹ ਤੂੰ ਮੁਸਮਾਰ ਹੋਏ। ਕੋਈ ਦੋਸ਼ੇ ਮੈਂ ਕੋਸ਼ਿਸ਼ ਕਰਨਾ ਤੁਸਾਂ ਵੀ ਸੀਰਤ ਤੈਬਾ ਪਰ ਸੁਣਾਉਣੇ ਨਹੀਂ ਕਿ ਹਜ਼ੂਰ ਦੀ ਜ਼ਿੰਦਗੀ ਸਾਰੇ ਵਾਸਤੇ ਕਿਉਂਕਿ ਮਿਸ਼ਰੇ ਰਾਹ ਹੈ, ਹਜ਼ੂਰ ਦੀ ਜ਼ਿੰਦਗੀ ਸਾਰੇ ਵਾਸਤੇ ਨਮੂਨਾ ਹੈ। ਤੋ ਹਜ਼ੂਰ ਦੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੀ? ਮੁਹੰਮਦ ਨਵਾਜ਼ ਆਤਿਫ ਸਾਹਿਬ ਦਾ ਸ਼ੇਰ, ਕਿ ਨਬੀ ਕਾਇਨਾਤ ਦੀ ਹਰ ਚੀਜ਼ ਵਾਸਤੇ ਨਬੀ ਹੈ, ਖਾਲੀ ਇਨਸਾਨਾਂ ਵਾਸਤੇ ਨਹੀਂ, ਕਾਇਨਾਤ ਦੀ ਹਰ ਇੱਕ ਚੀਜ਼ ਵਾਸਤੇ ਉਹ ਨਬੀ ਹੈ। ਗਵਾਂ ਜਹਾਨਾਂ ਦੀ ਸ਼ਾਈ ਵਾਲਿਆ ਰੱਖਦਾ ਨਾ ਰੋਏ ਸਿਕੰਦਰ ਗਰੀ ਨਹੀਂ ਸੀ, ਇਹ ਜਿਸ ਦਰਿਆ
ਆਪੇ ਦੁਲੰਗ ਲੱਗੇ
ਨਜ਼ਾ ਵੇਲੇ ਵੀ ਆਤਿਸ਼ ਉਸ ਨਬੀ ਦੇ ਘਰ ਹੈ ਸੀ ਦੀਵਾ, ਪਰ ਦੀਵੇ ਵਿੱਚ ਤੇਲ ਨਹੀਂ ਸੀ। ਤੋ ਇਹ ਸਬਕ ਦਰਅਸਲ ਇਨਸਾਨੀਅਤ ਵਾਸਤੇ ਸਾ ਕਿ ਦੋ ਜਹਾਨਾਂ ਨੇ ਮਾਲਕ ਇੱਕ ਦਫ਼ਾ ਦੱਸਣੇ ਜਿਹੜੀ ਪਾਕਿਸਤਾਨ ਦੀ ਜਾਣੀ ਨਾ ਗਾਣੇ ਦੀ ਮੰਜ਼ਿਲ ਸੁਣ ਲੱਗੀ ਉਸ ਉਹ ਕੁਝ ਇਤਨੀ ਆਰਾਮ ਦੇ ਨਹੀਂ ਆਉਣੀ ਉਸ ਕੀ ਗਾਏ ਵਿੱਚ ਆਮ ਹਜ਼ਰਤ ਉਮਰ ਫਾਰੂਕ ਨਾਲ ਉਹਨਾਂ ਦੀ ਆਮਦ ਹੋਈ ਜਿਵੇਂ ਸਰਕਾਰ ਉਹਨਾਂ ਦੀ ਤਕੀਦ ਉੱਠੀ ਤੇ ਬੈਠੇ ਤਾਂ ਆਪ ਨੇ ਬਾਜ਼ੂ ਪਰ ਉਹ ਬਾਣੀ ਦੀ ਜਿਹੜੀ ਮੰਜ਼ੀ ਦੇ ਨਿਸ਼ਾਨ ਸੀ ਜਿਹੜੇ ਕੈਸਰੋ ਕਸਰਾਂ ਦੇ ਬਾਦਸ਼ਾਹ ਉਹ ਇਤਨੀਆਂ ਲਜ਼ਤਾਂ ਇਤਨੀਆਂ ਆਸਾਇਸ਼ਾਂ ਵਿੱਚ ਕਲਮਿਕਾ ਦਾ ਕਿਆ ਕਿਆ ਉਮਰ ਬਿਹਤਰ ਨਹੀਂ ਕਿ ਇਹ ਜਿਹੜੀ ਦੁਨੀਆਂ ਦੀ ਤੰਗੀ ਹੈ ਦੁਨੀਆਂ ਦੀ ਪਰੇਸ਼ਾਨੀਆਂ ਦੁਨੀਆਂ ਵਿੱਚ ਰਹਿਣ ਤੋ ਨਵਾਜ਼ ਆਦੇ ਸੋ ਫਰਮਾਣੇ ਸਜਣਾ ਨਾਲੋ ਨਾਲ ਜਿਹੜੀ ਸ਼ੇਰ ਦੀ ਨਸਰ ਹੈ ਉਹ ਵੀ ਥੋੜ੍ਹੀ ਆਉਣੀ ਹੈ।
ਕੁਦਸਨੇ ਕਿ ਨਬੀ ਪਾਕ ਇੱਕ ਦਰਖਤ ਨੇ ਥੱਲੇ ਆਪਣੀ ਤਲਵਾਰ ਮੁਬਾਰਕ ਲਟਕਾਈ ਤਾਂ ਆਰਾਮ ਵੀ ਕਰਨੇ ਇੱਕ ਮੁਸ਼ਰਕ ਜੀ ਮੌਕਾ ਲੱਭਣਾ ਜਿਹੜਾ ਚੱਕਣਾ ਕਿ ਆਪ ਨੀਂਦ ਨੀ ਥੋੜੇ ਮਜ਼ੇ ਵਿੱਚ ਉਹ ਤਲਵਾਰ ਉਹ ਮੁਸ਼ਰਕ ਲਾਣਾ ਨਬੀ ਕਰੀਮ ਦੀ ਜਲਾਈ ਲਾਹਣਾ ਕਿ ਐ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਕਿ ਤੁਸਾਂ ਵੀ ਅੱਜ ਮੇਰੇ ਤੋਂ ਕੌਣ ਬਚਾ ਸੀ ਆਪਣੇ ਅੱਜ ਖੋਲੀ ਤਾਂ ਬਗੈਰ ਕਿਸੇ ਝਿਜਕ ਤੋਂ ਬਗੈਰ ਕਿਸੇ ਡਰ ਤੋਂ ਵਾਕਿਆ ਅੱਲਾ ਤਾਂ ਉਸ ਲਫ਼ਜ਼ ਅੱਲਾ ਦਾ ਜਿਤਨਾ ਜਲਾਲ ਸੀ ਕਿ ਉਸਨੇ ਹੱਥ ਵਿੱਚ ਤਲਵਾਰ ਗਿਰ ਗਈ ਤਾਂ ਉਹ ਉਸ ਕਲਮਾ ਪੜ ਗਿਆ ਆਪਨੇ ਉਹ ਤਲਵਾਰ ਚੁੱਕੀ ਉਸਕੀ ਹੈ ਉਸ ਤੋਂ ਕੀ ਕੋਲ ਬਚਾ ਸੀ ਉਸਾ ਜਾਂ ਸਰਕਾਰ ਬਸ ਤੁਸੀਂ ਆਪਨੇ ਉਸਕੀ ਮਾਫ਼ ਕਰ ਦਿੱਤਾ ਜਿਹੜਾ ਮਾਫ਼ ਕਰ ਦਿੱਤਾ ਉਹ ਮੁਤਾਸਰ ਹੋਈ ਉਸ ਕਲਮਾ ਪੜ੍ਹ ਕੇ ਮੁਸਲਮਾਨ ਹੋ ਗਿਆ ਤਾਂ ਸ਼ਾਇਰਾਣਾ ਕਿ ਜਿਸ ਕਾਬੂ ਕਰ ਜਾਣ ਦੇ ਵੈਰੀਆਂ ਨੂੰ ਦੱਸਿਆ ਬਦਲੇ ਵਿੱਚ ਮੌਤ ਦਾ ਖੇਲ ਨਹੀਂ ਸੀ ਅਸਾਂ ਆਪਣੀ ਦੁਨਿਆਵੀ ਜ਼ਿੰਦਗੀ ਤੱਕੋ ਤਮਾਮ ਮੁਸਲਮਾਨ ਆਪਸ ਮੇ ਭਾਈ ਭਾਈ ਲੇਕਿਨ ਸਾਡਾ ਆਪਣੇ ਵਿੱਚ ਮਹਿਰ ਕਿਤਨਾ ਇਹ ਬਦਲੇ ਜਲਵਤ ਦੇ ਖਲਵਤ ਪਸੰਦ ਬਦਲੇ ਜਲਵਤ ਦੇ ਖਲਵਤ ਪਸੰਦ ਕੀਤੀ ਮੇਰੇ ਦੋਸਤੋ ਇੱਕ ਵਾਕਿਆ ਸਿੰਘ ਸਾਹਮਣੇ ਪੇਸ਼ ਕਰਨਾ ਇੱਕ ਵਕਤ ਸੀ ਜਨਾਬ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਸਰਕਾਰ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਅਸਰ ਪਿਆਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਸਰਕਾਰ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਜੇ ਬਹੁਤ ਮੁਬਾਰਕ ਵਿੱਚ ਲੈਕੇ ਸੇ ਤੋ ਕਿਤਾਬਾਂ ਵਿੱਚ ਅੱਛਾ ਕੇ ਸਾਰੇ ਸਹਾਬਾ ਨਮਾਜ਼ ਦੇ ਬੜੇ ਪਾਬੰਦ ਸੀ ਲੇਕਿਨ ਇਹ ਇੱਕ ਖਾਸ ਸ਼ਾਨ ਸੀ ਹਜ਼ਰਤ ਅਲੀ ਰਜ਼ੀ ਅੱਲਾਹ ਤਾਲਾ ਅਨਹੁ ਜੀ ਕਿ ਉਹਨਾਂ ਦੀ ਨਮਾਜ਼ ਵਿੱਚ ਬੜੀ ਖੁਸ਼ੂ ਔਰ ਖੁਦੂ ਨਾਲ ਉਹ ਨਮਾਜ਼ ਪੜ੍ਹ ਰਹੇ ਸੇ ਇਸ ਹੱਦ ਜੀਆਂ ਕਿ ਜਿਹੜਾ ਕਾਫਰਾਂ ਤੀਰ ਮਾਰੇ ਜਨਾਬ ਨੇ ਨਮਾਜ਼ ਵਿੱਚ ਉਫ ਜਿਹਾ ਵੀ ਨਹੀਂ ਕੀਤੀ ਕਿ ਸ਼ਾਇਦ ਆਪਣੇ ਮਾਲਕ ਹੀ ਨਾਰਾਜ਼ ਨਾ ਕਰ ਜਾਏ ਤੁਹਾਡੇ ਕਿ ਜਨਾਬ ਸਰਕਾਰ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ
حضرت علی رضی اللہ تعالی عنہ نے گود مبارک وچ لٹے سے تو نماز عصر کا وقت چونکہ داخل ہونا سی تو سرکار نے تکیا کہ رات پہ نہیں جانی ہے تو ہماری جڑی نماز ہے یہ پتہ لگنا قضا ہوئی جیسی لیکن ایک شاعر نے بہت پیارا جملہ آخیا کہ نہ ادا نہ قضا ضروری ہے مصطفیٰ سے وفا ضروری ہے نہ ادا نہ قضا ضروری ہے مصطفیٰ سے وفا ضروری ہے تو سرکار علی رضی اللہ تعالیٰ عنہ نے جلا تکیا کہ میری نماز عصر قضا ہو سی تو انہوں نے اکھ مبارک تو ایک آنسو ڈٹھا سرکار دو عالم صلی اللہ علیہ وآلہ وسلم نے بابرکت چہرے تھے سرکار اٹھے سرکار انہوں نے آخیا کہ یا علی کیوں رو رہے ہو سرکار علی نے فرمایا یا رسول اللہ صلی اللہ علیہ وآلہ وسلم ایک پاسا ہے تسا سرکار دو عالم صلی اللہ علیہ وسلم جنہاں وقت دو جہانی تخلیق ہوئی ایک پاسا ہے اس مال کے دو جہانہ حکم کے نماز نہیں چھوڑتی اسے کشم و کشم نہ تسا ہی ٹھانا جانا سا نہ میں اپنی نماز کی قضا کرنا چاہنا سا اس جر بیچ میں کبھی تا یا رسول اللہ صلی اللہ علیہ وسلم میری اکھ مبارک کو یہ آنسو ٹھٹھا سرکار دو عالم صلی اللہ علیہ وسلم جنہاں نے آج چیز دو جہانے مختاریا اس گرائے آنے یا علی رونا سا کیا چاہنے ہو کہ نماز ادا پیش کی تھی کیا یا قضا پیش کی تھی کیا سرکار علی زارے عاشق نماز سے انہاں کہا یا رسول اللہ صلی اللہ علیہ وسلم ماں دل لے کے میں نماز عصر ادا پیش کرا تو سرکار دو عالم صلی اللہ علیہ وسلم سورج دا اشارہ کیتا او واپس لے آئے تو سرکار علی رضی اللہ تعالیٰ عنہ نے اپنی نماز ادا پیش کی تھی اسے زمن کے سرکار نے شعر جناب فرمانا ہمیں آ بلیا سر رکھ کے نبی دی گولی اندر سر رکھ کے علی دی گولی اندر نبی پاک دی آرام فرمان لگ کے
ਨਜ਼ਾ ਵੇਲੇ ਵੀ ਆਤਸ਼ ਉਸ ਨਬੀ ਦੇ ਘਰ ਹੈ ਸੀ ਦੀਵਾ ਪਰ ਦੀਵੇ ਵਿੱਚ ਤੇਲ ਨਹੀਂ ਸੀ ਤੋ ਸੁਬੇਦਾਰ ਯਹਿਆ ਨਾਜ਼ਰ ਸਾਹਿਬ ਇੱਕ ਚੰਗੇ ਮਹਿਰੀ ਨੇ ਸਾਡੇ ਲਾਗੇ ਸ਼ਾਇਰੀ ਉਹ ਫਰਮਾਣੇ ਆਣਾ ਸਜਣਾ ਦੱਸਾਂ ਅਜ਼ਮਤਾਂ ਸ਼ਾਹੇ ਕੋਲ ਇਹ ਦੱਸਾਂ ਅਜ਼ਮਤਾਂ ਸ਼ਾਹੇ ਕੋਨੇਨ ਦੀਆਂ ਮਿਲਦੇ ਲਫ਼ਜ਼ ਨਹੀਂ ਸਾਨੂੰ ਬਿਆਨ ਦੇ ਲਈ ਇਹ ਸਖ਼ਤ ਖੌਰੀ ਚਟਾਈ ਖਜੂਰ ਦੀ ਸਰਕਾਰੀ ਦੁਆਰ ਆਰਾਮ ਕਰਨਾ ਸੀ ਉਹ ਸਖ਼ਤ ਖੌਰੀ ਖਜੂਰ ਦੀ ਚਟਾਈ ਬਾਜ਼ਾਰਾਂ ਵਿੱਚ ਮੁਸ਼ਰਕਾਂ ਨਬੀ ਪਾਕ ਕੀ ਪੱਥਰ ਮਾਰੇ ਤੇ ਕੁਝ ਰਵਾਇਤਾਂ ਦੱਸਣਾ ਕਿ ਆਪ ਲੋ ਲੁਹਾਨ ਹੋਏ ਹਜ਼ਰਤ ਜਬਰੀਲ ਅਲੈਹ ਸਲਾਮ ਆਪਣੀ ਬਾਰਗਾਹ ਵਿੱਚ ਆਏ ਤੇ ਅੱਜ ਕੀ ਯਾਰ ਸੁਣਦਾ ਤੇ ਤੁਸਾਂ ਹੋ ਤੇ ਮੈਂ ਤਾਏ ਵਾਲੇ ਪਹਾੜ ਜਿਹੜੇ ਇਹਨਾਂ ਉੱਪਰ ਸੱਜ ਦੋ ਇਹਨਾਂ ਦੀ ਨਸਲ ਤੱਕ ਪਕਾ ਦਿਆ ਲੇਕਿਨ ਚੁੱਕੇ ਆਪ ਰਹਿਮਤ ਲਿਲ ਆਲਮੀਨ ਤਮਾਮ ਜਹਾਨਾਂ ਵਾਸਤੇ ਰਹਿਮਤ ਹੈ ਆਪ ਨੇ ਕਿਹਾ ਨਹੀਂ ਮਿੱਟੀ ਨਾਲ ਵੀ ਕੁਛ ਕਿਸੇ ਮੁਸਲਮਾਨ ਨਜ਼ਰ ਨਹੀਂ ਆਇਆ ਕਿਧਰੇ ਤਾਇਫ ਬਾਜ਼ਾਰਾਂ ਵਿੱਚ ਖਾਦੇ ਪੱਥਰ ਕਾਫਲ ਉਮਤ
अंकल था मौजूद जनाब अयूब साहब अफतला इत होना तो चाचे ने फरमाइश की थी कि पुत्रा शेर पेश करियो तो इन्होंने फरमाइश थे नशाई लाते जनाब बहुत ही प्यारा नात नशेरा चाहे जमा पेश कर रहा हवाई अरब शरीफ वल जाती है नी हवाई अरब शरीफ वल जाती है नी ओ मेरी आते कदम नवस्ता हालिया नू رسول دیا جالیا نون ਬੜੇ ਭਾਈ ਚੌਧਰੀ ਕਮਰ ਸੁਲਤਾਨ ਸਾਹਿਬ ਔਰ ਚੌਧਰੀ ਜ਼ੁਬੈਰ ਸਾਹਿਬ ਦੀ ਫਰਮਾਇਸ਼ ਤੇ ਮੁਹੰਮਦ ਨਵਾਜ਼ ਆਤਿਸ਼ ਸਾਹਿਬ ਨਸ਼ੇ ਤੋਂ ਸਰਕਾਰਾਂ ਨੇ ਕਿਆ ਇਨਸਾਨ ਕਿ ਇਤਨੀ ਤੁਕੀ ਕੁਝ ਖਬਰ ਹੈ ਕਿ ਇਤਨੀਆਂ ਤੁਹਾਡੀਆਂ ਨਾਫਰਮਾਨੀਆਂ ਇਤਨੀਆਂ ਤੁਹਾਡੀਆਂ ਅੜੀਆਂ ਔਰ ਮਸਤੀਆਂ ਕੀ ਅੱਲਾਹ ਪਾਕ ਜਿਹੜੀ ਹੈ ਉਹ ਦਰਗੁਜ਼ਰ ਪੇ ਕਰਨੇ ਉਹ ਕਿਉਂ ਹਣ ਬੇਲੀਆ ਕੁਝ ਖਬਰ ਹੀ ਕੁਝ ਖਬਰ ਹੀ ਕਿਸ ਦੀ ਲੱਜ ਰੱਖ ਕੇ
ਖਬਰੀ ਕਿਸ ਦੀ ਨਜ ਰੱਖ ਕੇ ਸਾਡੀ ਬਾਦੋਏ ਅਬਾਦੀ ਨੂੰ ਕਹੀ ਜਾਂਦਾ